ਸੰਘਰਸ਼ ਜਿਹੜਾ ਲਗਾਤਾਰ ਚੱਲ ਰਿਹਾ ਪਿਛਲੇ 28-30 ਦਿਨਾਂ ਤੋਂ ਲੈ ਕੇ ਅੱਜ ਉਹਦੇ ਸੰਬੰਧ 'ਚ ਅਸੀਂ ਮਹਿਲ ਕਲਾਂ ਜਿਹੜਾ ਟੋਲ ਰੋਕਿਆ ਹੋਇਆ ਉੱਥੇ ਆਏ ਹਾਂ ਲੋਕਾਂ ਨੂੰ ਲਾਮਬੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਅਤੇ ਜਿਹੜਾ ਇੱਕ ਹੈਗਾ ਯਾਨੀ ਕਿ ਰੇਲਾਂ ਰੁਕੀਆਂ ਗਈਆਂ ਸੀਗੀਆਂ ਉਦੋਂ ਬਾਅਦ ਯਾਨੀ ਕਿ ਕਿਸਾਨਾਂ ਦੇ ਯਾਨੀ ਕਿ ਪ੍ਰਭਾਵ ਵਾਸਤੇ ਯਾਨੀ ਕਿ ਰੇਲਾਂ ਦਾ ਯਾਨੀ ਕਿ ਛੱਡਿਆ ਗਿਆ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੈਂਟਰ? ਦੇਖੋ ਇਹ ਜਿਹੜੀਆਂ ਹਕੂਮਤਾਂ ਹੁੰਦੀਆਂ ਨੇ ਇਹ ਇਹਨਾਂ ਨੇ ਕਿਸੇ ਵੀ ਤਰੀਕੇ ਨਾਲ ਨਾ ਘੋਲਾਂ ਨੂੰ ਫੇਲ ਕਰਨ ਦੇ ਲਈ ਇਹ ਚਾਲਾਂ ਚਲਾਉਣੀਆਂ ਹੁੰਦੀਆਂ ਨੇ। ਉਹਨਾਂ ਨੇ ਪੇਂਡੂ ਵਿਕਾਸ ਫੰਡ ਵੀ ਰੋਕਿਆ, GST ਦਾ ਜਿਹੜਾ ਪੈਸਾ ਪੰਜਾਬ ਦਾ ਉਹਨੂੰ ਵੀ ਰੋਕੀ ਬੈਠੇ ਹੈ, ਉਹਨਾਂ ਨੇ ਰੇਲਾਂ ਵੀ ਰੋਕੀਆਂ ਨੇ। ਮੈਨੂੰ ਪਤਾ ਲੱਗਿਆ ਸੀਗਾ ਕੁਛ ਰੇਲਾਂ ਉਹਨੇ ਚਲਾ ਵੀ ਦਿੱਤੀਆਂ ਨੇ, ਕਿਉਂਕਿ ਜਦੋਂ ਕੱਲ੍ਹ ਕਿਸਾਨ ਜਥੇਬੰਦੀਆਂ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਕਿ ਭਾਈ ਜਿਹੜਾ 26-27 ਨਵੰਬਰ ਨੂੰ ਦਿੱਲੀ ਚੱਲਣ ਦਾ ਪ੍ਰੋਗਰਾਮ ਅਤੇ 5 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਹੈਗਾ, ਤਾਂ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਮੈਨੂੰ ਲੱਗਦਾ ਕਿ ਸੁਨੇਹਾ ਜਾਂ ਇੱਕ ਸੱਟ ਮਾਰੀ ਹੈ ਜਿਹੜੀ ਮੋਦੀ ਹਕੂਮਤ ਨੂੰ, ਕਿ ਹੁਣ ਇਕੱਲਾ ਪੰਜਾਬ ਹੀ ਨਹੀਂ ਹੈਗਾ ਬਾਕੀ ਹੋਰ ਸੂਬੇ ਵੀ ਨਾਲ ਜੁੜ ਗਏ ਆ। ਤਾਂ ਉਹਦੇ ਤਹਿਤ ਅੱਜ ਮੈਨੂੰ ਜਿਹੜੀ ਮੈਂ ਅੱਜ ਤੜਕੇ ਖਬਰ ਪੜ੍ਹੀ ਆ ਉਹਦੇ 'ਚ ਇਹੀ ਸੀਗਾ ਕਿ ਕੁਛ ਰੇਲਾਂ ਨੇ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ ਨੇ। ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਕੋਈ ਗੱਲ ਨਹੀਂ ਯਾਰ, ਲੋਕਾਂ ਨੂੰ ਮੇਰੀ ਅਪੀਲ ਹੈ ਕਿ ਦੇਖੋ ਹਕੂਮਤਾਂ ਇਹ ਜ਼ਬਰ ਜ਼ੁਲਮ ਕਰਦੀਆਂ ਆਈਆਂ ਨੇ, ਜਦੋਂ ਲੋਕਾਂ ਨੂੰ ਦੱਬਣਾ ਹੁੰਦਾ ਤਾਂ ਬਹੁਤ ਤਰ੍ਹਾਂ ਦੇ ਜ਼ੁਲਮ ਜਿਹੜੇ ਕੀਤੇ ਜਾਂਦੇ ਨੇ ਲੋਕਾਂ 'ਤੇ, ਬਹੁਤ ਤਰ੍ਹਾਂ ਦੀਆਂ ਪਾਬੰਦੀਆਂ ਨੇ ਜਿਹੜੀਆਂ, ਇਹ ਤਾਂ ਪਤੰਦਰ ਐਂ ਆਉਣ ਲੱਗ ਗਏ ਪਾਬੰਦੀਆਂ ਜਿਵੇਂ ਅਮਰੀਕਾ ਵਰਗੇ ਮੁਲਕ, ਕਦੇ ਇਰਾਨ 'ਤੇ ਲਾਤੀ, ਕਦੇ ਇਰਾਕ 'ਤੇ ਲਾਤੀ, ਕਦੇ ਹੋਰ ਮੁਲਕਾਂ 'ਤੇ ਪਾਬੰਦੀਆਂ ਲਾਤੀਆਂ, ਹੈ ਨਾ? ਉਸ ਤਰ੍ਹਾਂ ਪਾਬੰਦੀਆਂ ਦੇਖੋ, ਇਹ ਕਹਿੰਦੇ ਕਿ ਡੈਮੋਕ੍ਰੈਸੀ ਆ, ਲੋਕਤੰਤਰ ਹੈ, ਭਾਰਤ ਸਾਰੇ ਸੂਬਿਆਂ ਨੂੰ ਬਣ ਕੇ ਮਿਲਾ ਕੇ ਬਣਦਾ, ਹੈ ਨਾ? ਅਤੇ ਤੁਸੀਂ ਇੱਕ ਸੂਬੇ ਦੇ ਖਿਲਾਫ ਜਿਹੜੇ ਲੋਕ ਸੜਕਾਂ 'ਤੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਉਹਦੇ ਖਿਲਾਫ ਤੁਸੀਂ ਇਸ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਲਾ ਰਹੇ ਹੋ, ਉਹਨਾਂ ਲੋਕਾਂ 'ਚ ਤੁਸੀਂ ਪਹਿਲਾਂ ਹੀ ਰੋਟੀ ਖੋ ਲਈ, ਆਹ ਜਿਹੜੇ ਕਾਨੂੰਨ ਬਣਾ ਕੇ ਹੁਣ ਰਹਿੰਦਾ ਹੁਣ ਲੋਕ ਸੜਕਾਂ 'ਤੇ ਆਪਣੀ ਗੱਲ ਰੱਖਣ ਲਈ ਤੁਸੀਂ ਗੱਲ ਸੁਣਨ ਨੂੰ ਵੀ ਤਿਆਰ ਨਹੀਂ, ਤੁਸੀਂ ਗੱਲਬਾਤ ਕਰਨ ਨੂੰ ਤਿਆਰ ਨਹੀਂ, ਕੋਈ ਤੁਹਾਡਾ ਵੱਡਾ ਕੋਈ ਮੰਤਰੀ ਪੱਧਰ ਦਾ ਬੰਦਾ ਕੋਈ ਹੋਰ, ਹੈ ਨਾ? ਤਾਂ ਤੁਸੀਂ ਉਲਟੇ ਲੋਕਾਂ 'ਤੇ ਜਬਰੀ ਤੌਰ ਦੇ ਉੱਤੇ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੀਆਂ ਠੋਸ ਰਹੇ ਹੋ ਗੱਲਾਂ ਕਿ ਰੇਲਾਂ ਰੋਕ ਦੇਵਾਂਗੇ ਜੀ, ਅਸੀਂ ਸਪਲਾਈ ਬੰਦ ਕਰ ਦੇਵਾਂਗੇ, ਅਸੀਂ ਪੰਜਾਬ ਦਾ ਜਿਹੜਾ ਵਿਕਾਸ ਫੰਡ ਆ ਉਹ ਰੋਕ ਲਿਆ, GST ਵਾਲਾ ਪੈਸਾ ਰੋਕ ਲਿਆ, ਤੋ ਇਸ ਤਰ੍ਹਾਂ ਦੀ ਕਮਾਲ ਹੋਈ ਪਈ ਆ ਵੀ ਦੇਖੋ ਇਹ ਅਮਰੀਕਾ ਦੀ ਬਿਲਕੁਲ ਜਿਹੜੀ ਨੀਤੀ ਹੈਗੀ ਆ ਦੂਜੇ ਮੁਲਕਾਂ ਦੇ ਖਿਲਾਫ, ਉਹ ਅੱਜ ਮੋਦੀ ਦੀ ਨੀਤੀ ਹੋਈ ਖੜੀ ਆ ਸੂਬਿਆਂ ਦੇ ਖਿਲਾਫ। ਤਾਂ ਇੱਥੋਂ ਪਤਾ ਲੱਗਦਾ ਕਿ ਜਿਹੜੇ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ, ਸੰਘੀ ਢਾਂਚੇ ਦੀ ਗੱਲ ਕਰਦੇ ਹਾਂ, ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਹਾਂ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੇ ਹਾਂ, ਉਹ ਇਹੀ ਆ ਕਿ ਸੂਬਿਆਂ ਕੋਲ ਵੱਧ ਅਧਿਕਾਰ ਹੋਣਗੇ ਤਾਂ ਫਿਰ ਕੇਂਦਰ ਕਦੇ ਵੀ ਐਂ ਤਾਨਾਸ਼ਾਹੀ ਨਹੀਂ ਕਰੂਗਾ। ਜਿਹੜੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈਗਾ ਕਿ ਹਿੰਦੂ ਰਾਸ਼ਟਰ ਦਾ ਝੰਡਾ ਲਹਿਰਾਇਆ ਗਿਆ ਹੈਗਾ, ਉਹਦੇ ਬਾਰੇ ਕੀ ਕਹਿਣਾ? ਹਾਂ ਇਹ ਬੜਾ, ਇਹ ਦੇਖੋ ਜੇ ਕੋਈ ਸਾਡੇ ਕੋਈ ਜਜ਼ਬਾਤੀ ਹੋਏ ਨੌਜਵਾਨ ਵੱਲੋਂ ਜਾਂ ਉਹਦੇ ਦਿਲ ਦੀ ਹੂਕ ਆ ਜਾਂ ਉਹਦੇ ਦਿਲ ਦੇ ਜਜ਼ਬਾਤ ਨੇ, ਜੇ ਕੋਈ ਉਹ ਨਾਰਾ ਬੁਲਾ ਦਿੰਦਾ ਕਿਤੇ ਤਾਂ ਇਹ ਕਹਿੰਦੇ ਜੀ ਇਹ ਦੇਸ਼ ਧਰੋਹ ਹੈ, ਇਹ ਦੇਸ਼ ਤੋੜਨ ਦੀਆਂ ਗੱਲਾਂ ਨੇ, ਇਹਦੇ UAPA ਲਾਓ, NSA ਲਾਓ। ਹੁਣ ਲਾਓ ਭਾਗਵਤ ਅਤੇ NSA, ਲਾਓ UAPA। ਭਾਗਵਤ ਨੇ ਸ਼ਰੇਆਮ ਦੁਸਹਿਰੇ ਵਾਲੇ ਦਿਨ ਝੰਡਾ ਚੜ੍ਹਾ ਕੇ ਉੱਥੇ ਨਾਗਪੁਰ ਆਪਦਾ ਝੰਡਾ ਚੜ੍ਹਾਇਆ, ਇਹਨਾਂ ਨੇ RS ਦਾ ਝੰਡਾ ਚੜ੍ਹਾ ਕੇ ਇਹਨਾਂ ਨੇ ਕਿਹਾ ਕਿ 135 ਕਰੋੜ ਜਿਹੜੇ ਲੋਕ ਨੇ ਉਹ ਹਿੰਦੂ ਨੇ, ਪੂਰਾ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹ ਤਾਂ ਸਾਰਿਆਂ ਦਾ ਭਾਰਤ ਹੈ, ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਸਾਈਆਂ ਦਾ ਵੀ ਹੈ, ਬੋਧੀਆਂ ਦਾ, ਜੈਨਾਂ ਦਾ, ਸਿੱਖਾਂ ਦਾ, ਸਾਰਿਆਂ ਦਾ ਹੀ ਹੈ। ਅਤੇ ਇਹਦੇ ਲਈ ਹੁਣ ਕਿਉਂ ਨਹੀਂ ਦੇਸ਼ ਧਰੋਹ ਲੱਗ ਰਿਹਾ, ਕਿਉਂ ਨਹੀਂ ਇਹਦੇ ਖਿਲਾਫ਼ ਇਸ ਕਾਰਵਾਈ ਹੋ ਰਹੀ, ਕਿਉਂ ਨਹੀਂ ਕੋਈ NSA UAPA ਲੱਗ ਰਿਹਾ? ਬਈ ਤੁਸੀਂ ਜਦੋਂ ਬੋਲਦੇ ਹੋ ਪੂਰੇ ਦੇਸ਼ ਨੂੰ ਇੱਕੋ ਗੱਲ ਕਰਦੇ ਹੋ ਕਿ ਇੱਕੋ ਰੰਗ ਦੇ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਜਾਂ ਗੱਲਾਂ, ਕੋਸ਼ਿਸ਼ਾਂ ਨਹੀਂ ਕਰ ਰਹੇ ਹੋ, ਤੁਸੀਂ ਯਤਨਸ਼ੀਲ ਹੋ, ਕਰ ਰਹੇ ਹੋ, ਕਰ ਚੁੱਕੇ ਹੋ, ਉਦੋਂ ਤੁਹਾਡੇ ਖਿਲਾਫ਼ ਕੋਈ ਕਾਰਵਾਈ ਨਹੀਂ। ਜਦੋਂ ਕੋਈ ਸਾਡਾ ਨੌਜਵਾਨ ਕਿਸੇ ਧਰਨੇ ਜਾ ਕੇ ਇਸ ਤਰ੍ਹਾਂ ਦਾ ਨਾਰਾ ਬੁਲੰਦ ਕਰ ਦਿੰਦਾ ਵੀ ਨਾਲ ਨਾਲ ਫੜ ਕੇ ਪੁਲਿਸ ਕੋਲ ਲੈ ਜਾਂਦੇ, ਜਿਹੜੇ ਜਥੇਬੰਦੀਆਂ ਵੱਲੋਂ ਦਿੱਲੀ ਦਾ ਕੂਚ ਕੀਤਾ ਜਾ ਰਿਹਾ, ਉਹਦੇ ਬਾਰੇ ਕੀ ਕਹਿਣਾ? ਬਿਲਕੁਲ ਇਹ ਚੰਗੀ ਗੱਲ ਹੈ, ਦਿੱਲੀ ਨਾ ਕੂਚ ਕਰੇ ਬਿਨਾਂ ਸਰਨਾ ਨਹੀਂ ਹੈ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾਂਗੇ ਪਹਿਲਾਂ ਤਾਂ ਪੰਜ ਦੀ ਜਿਹੜਾ ਪੰਜ ਦਾ ਸੱਦਾ ਹੈ ਉਹਨੂੰ ਤੁਸੀਂ ਕਾਮਯਾਬ ਕਰੋ, ਪੰਜ ਵਾਲੇ ਸੱਦੇ ਨੂੰ, ਜਿਹੜਾ ਪੰਜਾਬ ਬੰਦ ਦਾ ਸੱਦਾ ਸਾਰੀਆਂ ਭਾਰਤੀਆਂ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਹੈਗਾ। ਇੱਕ ਜਿਹੜਾ 26-27 ਤਰੀਕ ਨੂੰ ਨਵੰਬਰ ਨੂੰ ਜਿਹੜਾ ਦਿੱਲੀ ਨੂੰ ਕੂਚ ਕਰਨ ਦਾ ਹੈਗਾ, ਉਹ 'ਚ ਲਾਮਬੰਦੀ ਥੋੜ੍ਹੀ ਗਿਣਤੀ ਬਹੁਤ ਹੋਣੀ ਚਾਹੀਦੀ ਹੈ, ਪੰਜਾਬ ਦੀਆਂ ਸਾਰੀਆਂ ਸੜਕਾਂ ਉਹਦੇ ਭਰੀਆਂ ਹੋਣੀਆਂ ਚਾਹੀਦੀਆਂ ਨੇ, ਪੰਜਾਬ ਦਾ ਹਰ ਵਰਗ, ਕਿਸਾਨ, ਮਜ਼ਦੂਰ, ਦੁਕਾਨਾਂ ਵਾਲੇ, ਆੜ੍ਹਤੀਏ, ਵਪਾਰੀ, ਨੌਜਵਾਨ, ਬਜ਼ੁਰਗ, ਮਾਤਾ, ਭੈਣਾਂ, ਬੱਚੇ, ਸਾਰੇ ਸੜਕਾਂ 'ਤੇ ਹੋਣੇ ਚਾਹੀਦੇ, ਉਹਦੇ ਪਤਾ ਲੱਗੇ ਕਿ ਪੂਰਾ ਪੰਜਾਬ ਸੜਕਾਂ 'ਤੇ ਉਤਰ ਕੇ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ, ਫਿਰ ਜਾ ਕੇ ਦਿੱਲੀ ਦੇ ਥੰਮ ਹਿੱਲਣੇ ਆ। ਤਾਂ ਇਹਦੇ ਲਈ ਸਾਨੂੰ ਅੱਜ ਤੋਂ ਹੀ ਤਿਆਰੀ ਜਿਹੜੀ ਬੈਠ ਦੇਣੀ ਚਾਹੀਦੀ ਹੈ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰਨ ਦੀ।